ਪਰਮ ਸਤਕਾਰਯੋਗ ਸਾਧ ਸੰਗਤ ਜੀ ਮਾਨਵੀਰਤੀ ਇੱਕ ਆਗਰ ਗੱਲ ਲਈ ਹੈ ਤੇ ਆਖੀਏ ਤਾਨਸੀਰ ਸਤਗੁਰੂ ਜਗਜੀਤ ਸਿੰਘ ਜੀ ਤਾਨਸੀਰ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਸਾਖੀ ਸੰਬੰਧਿਤ ਹੈ ਸ਼੍ਰੀਮਤੀ ਅਨੀਤਾ ਸਹਾਇ ਸਾਖੀ ਦਾ ਸਿਲੇਖ ਹੈ ਪ੍ਰਭੂ ਦੀ ਸਾਰੰਗੀ ਹੁਣ ਵਿਨਾਇਕ ਕੋਲ ਸੰਗੀਤ ਹਾਲ ਵਿੱਚ ਸੰਗੀਤ ਸਿਖਿਆਰਤੀ ਸ਼ੀ ਸਾਗੂ ਜਗਜੀਤ ਸਿੰਘ ਜੀ ਦੀ ਹਜੂਰੀ ਵਿੱਚ ਵਾਰੀ-ਵਾਰੀ ਆਪਣੇ ਸਾਹਜ ਨਾਲ ਆਪਣੇ ਉਸਤਾਦਾਂ ਤੋਂ ਸਿੱਖਿਆ ਸੰਗੀਤ ਸੁਣਾ ਰਹੇ ਸਨ ਸਾਧਗੁਰ ਜੀ ਦਾ ਨਿੱਜੀ ਸੇਵਕ ਕੁਝ ਪਲਾ ਲਈ ਕਿਸੇ ਦੇ ਇਸ਼ਾਰਾ ਕਰਨ ਤੇ ਬਾਹਰ ਗਿਆ ਵਾਪਸ ਆ ਹੱਥ ਜੋੜ ਬੜੀ ਧੀਮੀ ਆਵਾਜ਼ ਵਿੱਚ ਸਾਧਗੁਰ ਜੀ ਨਾਲ ਕੋਈ ਅਹਿਮ ਗੱਲ ਸਾਂਝੀ ਕਰਨ ਲੱਗਿਆ ਸੇਵਕ ਦੀ ਗੱਲ ਸੁਣ ਸਾਧਗੁਰ ਜੀ ਨੇ ਇਸ਼ਾਰਾ ਕਰ ਇੱਕਦਮ ਸੰਗੀਤ ਰੋਕ ਦਿੱਤਾ ਤੇ ਆਪ ਆਪਣੇ ਆਸਣ ਤੋਂ ਉਠ ਨੀ ਦੇ ਸਥਾਨ ਤੇ ਜਾ ਦਰਵਾਜਾ ਬੰਦ ਕਰ ਲਿਆ ਸੇਵਕ ਟੈਨੀਕਟ ਵਰਤੀ ਸੀ ਬਾਹਰ ਬੈਠ ਦਰਵਾਜਾ ਖੁੱਲਣ ਦੀ ਇੰਤਜ਼ਾਰ ਕਰਨ ਲੱਗੇ ਕਿਸੇ ਸਾਧਗੁਰ ਜੀ ਦੇ ਨਾਲ ਹੀ ਆਏ ਸੇਵਕ ਤੋਂ ਦਰਵਾਜਾ ਬੰਦ ਕਰਨ ਦਾ ਕਾਰਨ ਜਾਣਨਾ ਚਾਹਿਆ ਤੇ ਸੇਵਕ ਰਚਪਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਸੰਗੀਤ ਸਿਖਾਉਂਦੇ ਸ਼੍ਰੀ ਪ੍ਰਭੂ ਸਹਾਏ ਬਨਾਰਸ ਤੋਂ ਵਾਪਸ ਟ੍ਰੇਨ ਰਾਹੀਂ ਸ਼੍ਰੀ ਭੈਣੀ ਸਹਿਬ ਆ ਰਹੇ ਸਨ ਸultanpur station ਦੇ ਉਪਾਣੀ ਪੀਣ نیچے ਉtre ਜਦੋਂ ਗੱਡੀ ਚੱਲਣ ਲੱਗੀ ਤਾਂ ਗੱਡੀ ਜਦੋਂ ਗੱਡੀ ਚੜ੍ਹਨ ਲੱਗੇ ਤਾਂ ਗੱਡੀ ਚਾਲ ਪਈ ਸੀ ਉਹਨਾਂ ਦਾ ਪੈਰ ਫਿਸਲਿਆ ਤੇ ਗੱਡੀ ਦੇ ਹੇਠਾਂ ਰੇਲਵੇ ਲਾਈਨ ਤੇ ਡਿੱਗ ਕੇ ਕੱਟੇ ਗਏ ਤੇ ਮੌਤ ਹੋ ਗਈ ਇਹ ਖਬਰ ਸੁਣ ਸਾਰਿਆਂ ਦੇ ਮੂੰਹ ਹੋਰੂ ਤੇ ਹੋਰੂ ਹੋ ਗਏ 1969 ਵਿੱਚ ਪਿਤਾ ਵਿਦਿਆ ਸਹਾਇ ਅਤੇ ਮਾਤਾ ਵਜेश्वरी ਦੇਵੀ ਦੇ ਘਰ बनारस ਵਿੱਚ ਜਨਮੀ ਪ੍ਰਭੂ ਸਹਾਏ ਨੇ ਆਪਣੀ ਸਕੂਲੀ ਵਿਦਿਆ ਦੇ ਨਾਲ ਨਾਲ ਸੰਗੀਤ ਅਤੇ ਸਰੰਗੀ ਦੀ ਸਿੱਖਿਆ 우ਸਤਾਦ ਰਾਜਨ 사જન मिश्रा ਦੇ ਪਿਤਾ ਸ਼੍ਰੀ ਹਨੂਮਨ ਪ੍ਰਸਾਦ ਮਿਸ਼ਰ ਤੋਂ ਲੈਣੀ ਸ਼ੁਰੂ ਕਰ ਦਿੱਤੀ ਸਰੰਗੀ ਦੇ ਚੰਗੇ ਮਾਹਰ ਹੋ ਗਏ ਸੁਰ ਅਤੇ ਸੰਗੀਤ ਦੀ ਸੋਹਣੀ ਵਾਕਫੀਤ ਹੋ ਗਈ 1995 ਵਿੱਚ ਬੀਬੀ ਅਨੀਤਾ ਨਾਲ ਪ੍ਰਭੂ ਸਹਾਏ ਦੀ ਸ਼ਾਦੀ ਹੋ ਗਈ ਕਾਰ ਪਰਿਵਾਰ ਤੇ ਰੋਜ਼ਗਾਰ ਲਈ ਯਤਨ ਪਰੰਰੰਭੇ ਬਨਾਰਸ ਵਿੱਚ ਮਿਸ਼ਰਾ ਪਰਿਵਾਰ ਨਾਲ ਕਾਫੀ ਨਿਕਟਤਮ ਸੰਬੰਧ ਸਨ ਤੇ ਸ਼੍ਰੀ ਰਾਜਨ ਮਿਸ਼ਰਾ ਜੀ ਨੇ ਸ਼੍ਰੀ 사ਗੁਰ ਜਗਜੀਤ ਸਿੰਘ ਜੀ ਕੋਲ ਪ੍ਰਭੂ ਸਹਾਇ ਬਾਰੇ ਅਰਜ਼ੀ ਕੀਤੀ ਕਿ ਆਗਿਆ ਹੋਵੇ ਤੇ ਪ੍ਰਭੂ ਸਹਾਇ ਜਿਸ ਨੇ ਸੰਗੀਤ ਦੀ ਸਿੱਖਿਆ ਉਹਨਾਂ ਦੇ ਪਿਤਾ ਜੀ ਤੋਂ ਪ੍ਰਾਪਤ ਕੀਤੀ ਹੈ ਸ਼੍ਰੀ ਭੈਣੀ ਸਾਹਿਬ ਰਹਿ ਕੇ ਬੱਚਿਆ ਨੂੰ ਸਰੰਗੀ ਦੀ ਸਿੱਖਿਆ ਦੇਵੇ ਸਾਗੂ ਜੀ ਨੇ ਪਰਵਾਨਗੀ ਦਿੱਤੀ ਤਾਂ 1999 ਵਿੱਚ ਪ੍ਰਭੂ ਸਹਾਏ ਸ਼੍ਰੀ ਪੈਣਿਸਾ ਸਾਗੂਰ ਜਗਜੀਤ ਸਿੰਘ ਜੀ ਦੀ ਸੇਵਾ ਵਿੱਚ ਆਇਆ ਅਤੇ ਬੱਚਿਆਂ ਨੂੰ ਸੰਗੀਤ ਦੀ ਸਿੱਖਿਆ ਦੇਣ ਲੱਗਾ ਮਦਰੇ ਕੱਦ ਦਾ ਗੋੜ ਵਰਨ ਪ੍ਰਭੂ ਸਹਾਏ ਨਿਮਰਤਾ ਪਿਆਰ ਤੇ ਹਲੀਮੀ ਦੀ ਮੂਰਤ ਸੀ ਹਰ ਇੱਕ ਨੂੰ ਬੜੇ ਪਿਆਰ ਨਾਲ ਸਿਰ ਨਿਵਾ ਕੇ ਮਿਲਣਾ ਮਿੱਠਾ ਬੋਲਣਾ ਸਹਿਜ ਅਵਸਥਾ ਵਿੱਚ ਵਿਚਰਨਾ ਜਲਦੀ ਪ੍ਰਭੂ ਸਹਾਏ ਸ਼੍ਰੀ ਭੈਣੀ ਸਾਹਿਬ ਦੇ ਮਾਹੌਲ ਵਿੱਚ ਰਚ ਵਿੱਚ ਗਿਆ ਉਸ ਦੀ ਸਮਰਪਣ ਭਾਵਨਾ ਨੇ ਸਾਗੂ ਜਗਜੀਤ ਸਿੰਘ ਜੀ ਦੇ ਹਿਰਦੇ ਵਿੱਚ ਵੀ ਵਿਸ਼ੇਸ਼ ਥਾਂ ਬਣਾ ਲਈ ਕੁਝ ਮਹੀਨਿਆਂ ਬਾਅਦ ਪ੍ਰਭੂ ਸਹਾਏ ਦੇ ਸੰਗੀਤ ਉਸਤਾਦ ਸ਼੍ਰੀ ਹਨੂਮਾਨ ਪ੍ਰਸਾਦ ਦਾ ਦਿਹਾਂਤ ਹੋ ਗਿਆ ਅਤੇ ਪ੍ਰਭੂ ਸਹਾਏ ਨੂੰ ਬਨਾਰਸ ਜਾਣਾ ਪਿਆ जो तो दो महीने प्रभु साए वापस श्री भैनी साहब ना परतया तो सागुरु जी ने पूछा प्रभु कितने है जो तो पता लगा कि दो महीने तो बनारस गया होया है हैशाह जी ने आप फोन करके जल्दी श्री भैनी साहेब वापस आने वास्ते कहा एवें ही प्रभु का परिवार बनारस तो आप श्री भैने साहब रच्नीत संगीत सिखा बनारस भी आया रहा ਇਸ ਵਾਰ ਨਵੰਬਰ 2018 ਵਿੱਚ ਵੀ ਪ੍ਰਭੂ ਸਾਹਿਬ ਬਨਾਰਸ ਗਏ ਤੇ ਸ਼੍ਰੀ ਭੈਣ ਸਹਿਬ ਨੂੰ ਵਾਪਸ ਆਉਣ ਦੇ ਵਕ ਸੁਲਤਾਨਪੁਰ ਸਟੇਸ਼ਨ ਤੇ ਪਾਣੀ ਪੀਣ ਟ੍ਰੇਨ ਤੋਂ ਹੇਠਾ ਉਤਰੇ ਅਟਿੱtre ਟ੍ਰੇਨ ਤੇ ਚੜਨ ਲੱਗਿਆ ਪੈਰ ਤੀ ਲੱਗਿਆ ਅਤੇ ਰੇਲਵੇ ਲਾਈਨ ਨੇ ਤੇ ਡਿੱਗ ਗਿਆ ਅਤੇ ਟ੍ਰੇਨ ਦੇ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ ਹੁਣੇ-ਹੁਣੇ ਖਬਰ ਸੰਗੀਤ ਹਾਲ ਵਿੱਚ ਸਾਧਗੁਰੂ ਜੀ ਕੋਲ ਪਹੁੰਚੀ ਦਾ ਕੋਮਲ ਭਾਵੀ ਸਾਧੂ ਜਗਜੀਤ ਸਿੰਘ ਜੀ ਨਾਮ ਧਾਰੀ ਬੱਚਿਆਂ ਦੇ ਪਿਆਰੇ ਸੰਗੀਤ ਉਸਤਾਦ ਦੀ ਮ੍ਰਿਤਿਉ ਦੀ ਖਬਰ ਸੁਣ ਇੱਕਦਮ ਸੰਗੀਤ ਹਾਲ ਚੋਂ ਪਰਤ ਆਏ ਹਨ অতি ਨਿੱਜੀ ਕਮਰੇ ਵਿੱਚ ਵੜ ਬੂਹਾ ਪੀਛ ਲਿਆ ਹੈ तकरीबन ਅੱਧੇ ਘੰਟੇ ਬਾਅਦ ਸਾਧੂ ਜੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲਿਆ ਤੇ ਬਚਨ ਕੀਤਾ ਰਚਪਾਲ ਉਸਦੇ ਪਰਿਵਾਰ ਅਤੇ ਮਾਤਾ ਪਿਤਾ ਨੂੰ ਇੱਥੇ ਲਿਆ ਸ਼੍ਰੀ ਭੈਣੀ ਸਾਹਿਬ ਸ਼੍ਰੀ ਪ੍ਰਭੂ ਸਹਾਇ ਦੀ ਸੁਪਤਨੀ ਬੀਬੀ ਅਨੀਤਾ ਸਹਾਇ ਦੇ ਦੱਸਣ ਅਨੁਸਾਰ ਅਨੀਤਾ ਦੇ ਆਪਣੇ ਭਰਾ ਮੁਕੇਸ਼ ਨੂੰ ਵੀ ਪ੍ਰਭੂ ਸਹਾਇ ਆਪਣੇ ਨਾਲ ਹੀ ਸ਼੍ਰੀ ਭੈਣੀ ਸਾਹਿਬ ਲੈ ਆਏ ਸਨ ਅਤੇ ਸਤਗੁਰ ਜੀ ਕੋਲ ਅਰਜ ਕਰਕੇ ਉਸ ਨੂੰ ਸੁਭਾਰ ਭਜਨ ਸਿੰਘ ਹੋਰਾਂ ਦੀ ਫੈਕਟਰੀ ਵਿੱਚ ਕੰਮ ਤੇ ਲਗਾ ਦਿੱਤਾ ਸੀ ਉਹ ਵੀ ਇਸ ਘਟਨਾ ਵਕਤ ਬਨਾਰਸ ਪ੍ਰਭੂ ਸਹਾਇ ਦੇ ਨਾਲ ਹੀ ਗਿਆ ਹੋਇਆ ਸੀ ਇਸ ਘਟਨਾ ਤੋਂ ਬਾਅਦ ਸਾਗੂ ਜਗਜੀਤ ਸਿੰਘ ਜੀ ਦਾ ਹੁਕਮ ਵੀ ਸਾਡੇ ਕੋਲ ਪਹੁੰਚ ਗਿਆ ਸੀ ਅਤੇ ਮੇਰੇ ਭਾਈ ਮੁਕੇਸ਼ ਨੇ ਵੀ ਕਿਹਾ ਕਿ ਹੁਣ ਤੁਸੀਂ ਬੱਚਿਆਂ ਨੂੰ ਲੈ ਕੇ ਸ਼੍ਰੀ ਭੈਣੀ ਸਾਹਿਬ ਚਲੋ ਇੱਥੇ ਤੁਸੀਂ ਕੀ ਕਰੋਗੇ ਸੰਗੁਰਜੀ ਕੋ ਅਲਰਜ ਕਰ ਲਵਾਂਗੇ ਮਹੀਨੇ ਕੋ ਬਾਅਦ ਮੁਕੇਸ਼ ਆਪਣੀ ਭੈਣ ਅਤੇ ਦੋਹਾਂ ਬੱਚਿਆਂ ਤੇ ਪ੍ਰਭੂ ਸਹਾਇ ਦੇ ਮਾਤਾ ਪਿਤਾ ਨੂੰ ਲੈ ਕੇ ਸ਼੍ਰੀ ਭੈਣੀ ਜਾ ਵਾ ਗਿਆ ਉਸ ਵਕਤ ਕ੍ਰਿਸ਼ਨਾ ਵੱਡਾ 12 ਸਾਲ ਦਾ ਸੀ ਅਤੇ ਵਿਨਾਇਕ 8 ਸਾਲ ਦਾ ਪਾਸ਼ਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਪਾਸ਼ਾ ਜੀ ਨੇ ਪਰਿਵਾਰ ਨੂੰ ਬੜਾ ਤਿਰਜ ਦਿੱਤਾ ਅਤੇ ਬਚਨ ਕੀਤਾ ਤੁਸੀਂ ਇੱਥੇ ਮੇਰੇ ਕੋਲ ਰੋ ਸ਼ੀਰੀ ਭੈਣ ਸਹਿ ਤੁਹਾਡੇ ਸਾਰੇ ਇੰਤਜ਼ਾਮ ਹੋ ਜਾਣਗੇ ਬੱਚਿਆਂ ਵੱਲ ਵੀ ਇੱਕ ਬਚਨ ਕੀਤਾ ਸਾਨੂੰ ਪਹਿਲੇ ਬੁਲਾਏ ਬੱਚੇ ਮਿਲ ਗਏ ਇਹਨਾਂ ਨੂੰ ਪੜ੍ਹਾਵਾਂਗੇ ਅਤੇ ਸੰਗੀਤ ਵੀ ਸਿਖਾਵਾਂਗੇ ਅੱਜ ਕ੍ਰਿਸ਼ਨਾ ਸਹਾਇ ਤਬਲਾ ਵਜਾਉਂਦਾ ਹੈ ਅਤੇ ਛੋਟਾ ਵਿਨੈਕ ਸਹਾਇ ਸਰੰਗੀ ਵਜਾਉਂਦਾ ਹੈ ਦੋਆ ਬੱਚਿਆਰੀ ਪੜਾਈ ਦਾ ਅਤੇ ਪਰਿਵਾਰ ਦੀ ਪਰਵਿਰਿਸ਼ ਦਾ ਫਿਕਰ ਹੁਣ ਸਾਧਗੁਰੂ ਦੇ ਸਿੰਘ ਜੀ ਕਰਦੇ ਹਨ ਜਿਵੇਂ ਸਾਧਗੁਰ ਜਗਜੀਤ ਸਿੰਘ ਜੀ ਕਰਦੇ ਹੁੰਨੇ ਸਨ ਸਾਰੇ ਆਖ ਲਈਏ ਪਰਉਪਕਾਰੀ ਸੇ ਸਾਧਗੁਰ ਜਗਜੀਤ ਸਿੰਘ ਜੀ ਤਾਨ ਹਨ ਤਾਨ 시 ਸਾਧਗੁਰ ਜਗਜੀਤ ਸਿੰਘ ਜੀ ਉਹਨਾਂ ਦੇ ਚਰਨਾਂ ਵਿੱਚ ਸਾਡੀ ਅਨੇਕਾਂ ਵਾਰ ਦੰਡੋਕ ਬੰਦਨਾ ਹੈ